ਮੇਰਾ ਨਾਮ ਨਾਜ਼ਮ ਸਿੰਘ, ਮੈਂ ਪਿੰਡ ਬਣਾ ਵਾਲੀ ਜ਼ਿਲ੍ਹਾ ਮਾਨਸਾ ਤੋਂ ਬੋਲ ਰਿਹਾ ਜੀ। ਜੋ ਮੇਰਾ ਵਿਦਾਂਤਾ ਕੰਪਨੀ ਨੇ ਮੇਰੇ ਪਿੰਡ ਪਲਾਂਟ ਬਣਾਇਆ, ਸਾਨੂੰ ਇਹ 'ਚ ਕੋਈ ਬੈਨੀਫਿਟ ਨਹੀਂ ਹੋਇਆ। ਜੋ ਇਹ 'ਚ ਕੰਪਨੀ L&T ਕੰਪਨੀ ਕੰਮ ਕਰ ਰਹੀ ਸੀ, ਉਸਨੇ ਮੇਰੀ ਜ਼ਮੀਨ ਪੱਟੇ 'ਤੇ ਲੈਤੀ ਹੋਈ ਸੀ। ਆ ਜ਼ਮੀਨ ਦਾ ਅੱਜ ਹਾਲ ਵੇਖ ਲਓ, ਮੈਨੂੰ ਕੁਛ ਨਹੀਂ ਕੰਪਨੀ, ਅੱਜ ਕਰਦੇ ਤੁਹਾਡੇ ਨਾਲ ਗੱਲ ਕਰਦੇ ਹਾਂ, ਇਸ ਤਰ੍ਹਾਂ ਦੇ ਧੋਖਾ ਕਰ ਰਹੀ ਸਾਡੇ ਨਾਲ, ਕੋਈ ਸਾਡੀ ਜ਼ਮੀਨ ਸਾਫ਼ ਨਹੀਂ ਕੀਤੀ ਇਹਨਾਂ ਨੇ। ਅੱਜ ਤੁਸੀਂ ਇਹ ਵੇਖ ਲਓ ਜੀ, ਮੇਰੀ ਜ਼ਮੀਨ ਜੇ ਮੈਂ ਸਾਫ਼ ਕਰਦਾ, ਮੇਰਾ ਘੱਟੋ ਘੱਟ 30 ਲੱਖ ਰੁਪਏ ਖਰਚਾ ਹੋਏ ਤੇ ਇਹ ਵਾਹੀਯੋਗ ਜ਼ਮੀਨ ਨਹੀਂ ਬਣੀ। ਇਹਦੇ 'ਚ ਇਹਨਾਂ ਨੇ ਕਚਰਾ ਠੋਕਤਾ, ਬੱਜਰ ਭਰਤਾ ਜੀ, ਇੱਟਾਂ ਵੱਟੇ ਨੇ ਇਹਦੇ ਵਿੱਚ, ਜੋ ਕਿ ਵਾਹੀਯੋਗ ਜ਼ਮੀਨ ਮੇਰੀ ਬਣੀ ਨਹੀਂ। ਮੈਨੂੰ ਕੰਪਨੀ ਤੋਂ ਇਹੀ ਮੰਗ ਆ ਕਿ ਸਾਨੂੰ ਇਹ ਤੋਂ ਮੁਆਵਜ਼ਾ ਦਿੱਤਾ ਜਾਵੇ, ਜੋ ਵੀ ਇਹਦੇ ਖਰਚਾ ਆਉਂਦਾ, ਅਤੇ ਅਸੀਂ ਆਪਦੀ ਜ਼ਮੀਨ ਵਾਹੀਯੋਗ ਬਣਾ ਸਕੀਏ। ਅਤੇ ਬਾਕੀ ਕੰਪਨੀ ਛੱਡ ਕੇ ਬਾਕੀ ਜੀ ਉਹਨੂੰ ਗੰਦੇ ਪਾਣੀ ਵਾਲਾ ਸਿਸਟਮ ਆਇਆ, ਉਹ ਸਾਡੇ ਕੋਈ ਹਿਸਾਬ 'ਚ ਨਹੀਂ। ਉਹਦੇ 'ਤੇ ਇੰਨਾ ਬੱਜਰ ਸੁੱਟਿਆ ਪਿਆ ਜੀ, ਟਰਾਲਿਆਂ ਟਰਾਲੇ ਬੱਜਰਦੇ ਨੇ ਉਹਦੇ ਉੱਪਰ, ਟਰਾਲਿਆਂ ਟਰਾਲੇ ਬੱਜਰਦੇ ਨੇ। ਕਿੱਧਰ ਕਿੱਧਰ? ਜੋ ਸਾਹਮਣੇ ਵਾਲੀ ਚੀਜ਼ ਹੈ ਜੀ। ਅੱਛਾ, ਉਸ ਪਰ ਇੰਨਾ ਬੱਜਰ ਪੜਿਆ ਹੋਇਆ ਹੈ, ਉਸਕਾ ਜੋ ਸਖ਼ਤ ਕੀਆ ਹੈ, ਉਸਕੋ 20 ਫੁੱਟ ਨੀਚੇ ਚੱਕ ਕੇ ਲਏ ਨੇ। ਉਸਮੇ ਇਤਨਾ ਬੱਜਰ ਹੈ ਕਿ ਹਮ ਉਸਕੋ ਤੋੜ ਨਹੀਂ ਸਕਦੇ, ਇਤਨਾ ਸਖ਼ਤ ਬਣਾ ਹੋਇਆ ਹੈ। ਬਾਕੀ ਜੋ ਜੋ ਆ ਪੜ ਵੀ ਇਹ ਪੜੀ ਹੈ, ਚਿਮਨੀ ਮੇ ਲੱਗਤੀ ਹੈ ਜੀ, ਇਸਮੇ ਕੰਚ ਹੈ, ਕੰਚ ਕਾ ਹਮ ਕੋਈ ਇਸਕੋ ਯੂਜ ਨਹੀਂ ਕਰ ਸਕਦੇ ਕਿਸੇ ਆਪਦੇ ਕੰਮ 'ਚ, ਅਤੇ ਇਹਨੂੰ ਅਸੀਂ ਚੱਕ ਵੀ ਨਹੀਂ ਸਕਦੇ। ਅਰੇ ਦੇਖਿਆ ਜੀ, ਜਾਂ ਆਇਓ ਵੇਖ ਲਓ। ਇਧਰ ਕਿਆ ਉਸਕਾ ਕੁਆਟਰ ਥਾ? ਹਾਂਜੀ, ਇੱਥੇ ਘੱਟੋ ਘੱਟ 10,000 ਆਦਮੀ ਰੁਕਿਆ ਹੋਇਆ ਸੀ। ਅੱਛਾ, ਹਾਂਜੀ, ਪੂਰੇ ਇਸਮੇ ਲਾਈਟ ਕਾ ਪ੍ਰਬੰਧ ਥਾ, ਆ ਵੇਖੀਏ। ਔਰ ਉਧਰ ਵੀ ਇੱਕ ਟ੍ਰਾਂਸਫਾਰਮ ਲਗਾ ਹੋਇਆ ਥਾ, ਇਸਕਾ ਇਸਮੇ ਵੀ ਰੁਕੇ ਹੋਏ ਥੇ। ਇਹ ਜ਼ਮੀਨ ਸੀ, ਆਪ ਖੁਦ ਸਾਫ਼ ਕਰ ਰਹੇ ਹਾਂ, ਵੇਖ ਲਓ ਜੀ, ਇਸਮੇ ਹੁਣ ਸਾਡਾ ਬਹੁਤ ਜ਼ਿਆਦਾ ਖਰਚਾ ਆ ਰਿਹਾ। ਅੱਗੇ ਨੀਚੇ ਵੀ ਇੱਧਰ ਆ ਜਾਓ ਜੀ, ਤੁਸੀਂ ਦੇਖ ਲਓ। ਕੰਚ ਹੈ, ਪੂਰੀ ਜ਼ਹਿਰੀਲੀ ਚੀਜ਼ ਹੈ, ਇਹਨੂੰ ਅਸੀਂ ਹੱਥ ਵੀ ਨਹੀਂ ਲਾ ਸਕਦੇ, ਔਰ ਹਮਾਰੇ ਕੰਮ ਵੀ ਕੋਈ ਚੀਜ਼ ਨਹੀਂ ਹੈ। ਕੰਪਨੀ ਇਸੇ ਛੋੜ ਕੇ ਚਲੀ ਗਈ, ਔਰ ਅਸੀਂ ਪੈਸੇ ਕੀ ਮੰਗ ਕੀ, ਔਰ 5 ਲੱਖ ਲੈ ਲਓ, 6 ਲੱਖ ਲੈ ਲਓ। ਹੁਣ ਤੁਸੀਂ ਆਪ ਵੇਖੋ ਜੀ, 5-6 ਲੱਖ ਦਾ ਬਣ ਸਾਫ ਜ਼ਮੀਨ ਬਣ ਸਕਦੀ ਹੈ ਜੀ, ਨਹੀਂ ਬਣ ਸਕਦੀ। ਔਰ ਅੱਗੇ ਜਾਊਂਗੇ ਤੁਸੀਂ ਵੇਖੋ, ਡੱਗ ਬਣੇ ਪੜੇ ਨੇ ਜੀ, ਉਸਨੇ ਬਹੁਤ ਜ਼ਿਆਦਾ ਕਚਰਾ ਭੜਾ ਹੋਇਆ ਜੀ, ਲਿਫਾਫਾ ਹੈਗਾ, ਪੋਲੀਥੀਨ ਹੈ, ਯਾਨੀ ਕਿ ਪੂਰਾ ਸਾਡੀ ਜ਼ਮੀਨ ਬੇਕਾਰ ਹੋ ਗਈ ਜੀ। ਐਂ ਮੰਨ ਲਓ ਅਸੀਂ ਜੇ ਇਹਨੂੰ ਦੁਬਾਰਾ ਤੁਹਾਨੂੰ ਫਿਰ ਦੁਬਾਰੇ ਗੱਲ ਦੁਹਰਾਉਂਦੇ ਹਾਂ ਜੀ, ਜੇ ਇਹਨੂੰ ਸਾਫ਼ ਕਰਦੇ ਹਾਂ, ਘੱਟੋ ਘੱਟ ਇਹਦੇ ਵਾਲਾ ਨਹੀਂ 20-25 ਲੱਖ ਰੁਪਏ ਖਰਚਾ ਆਊਗਾ। ਹਾਂ, ਇਹ ਸਾਰਾ ਕਚਰਾ ਸਿੱਟਣ ਨੂੰ ਜਗ੍ਹਾ ਨਹੀਂ ਸਾਡੇ ਕੋਲ। ਪੈਸੇ ਮਿਲੇ ਆਪਕੋ ਲੀਜ਼ ਕੇ? ਲੀਜ਼ ਕੇ ਸਾਨੂੰ 1,40,000 ਦਿੰਦੇ ਰਹੇ ਸਾਲ ਦਾ, 1 ਸਾਲ ਦਾ। ਓਹੋ,